ਅਸੀਂ ਬੈਠੇ ਹਾਂ। ਦੇਖੋ ਸਾਡੀ ਗੱਲ ਰੱਖਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ, ਕੋਈ ਜਥੇਬੰਦੀ ਹੋ। ਪਰ ਇੱਕ ਗੱਲ ਮੈਂ ਤੁਹਾਡੇ ਨਾਲ ਕਹਿਣਾ ਚਾਹੁੰਦਾ ਕਿ ਜਦ ਕੋਈ ਪੱਤਰਕਾਰ ਕਹਿੰਦਾ ਕਿਸਾਨ ਜਥੇਬੰਦੀ, ਇਹ ਕਿਸਾਨ ਜਥੇਬੰਦੀ ਨਹੀਂ ਹੈ, ਇਹ ਇਕੱਲੇ ਦੇ ਇਕੱਲੇ ਇੱਕ ਜਥੇਬੰਦੀ ਹੈ। ਕਿਸਾਨ ਸਾਡੀ ਵਿਰੋਧ ਦੇ ਵਿੱਚ ਨਹੀਂ ਹੈ, ਇਹ ਜੋ ਦੋ ਚਾਰ ਜਥੇ ਆ ਇਹ ਭਗਵੰਤ ਮਾਨ ਦੇ ਪੇਡ ਜਥੇ ਆ। ਇਸ ਕਰਕੇ ਇਹ ਵੀ ਜਦੋਂ ਆਪਾਂ ਗੱਲ ਕਰਾਂਗੇ ਕੋਈ ਕਹੇਗਾ ਕਿਸਾਨ ਨਹੀਂ ਸਾਡੇ ਵਿਰੋਧ, ਬਿਲਕੁਲ ਨਹੀਂ ਹੈ ਸਾਡੇ ਵਿਰੋਧ। ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਹੈ, ਇਹ ਇੱਕ ਦੋ ਜਥੇਬੰਦੀ ਜਿਹਨਾਂ ਨੂੰ ਭਗਵੰਤ ਮਾਨ ਸਾਹਿਬ ਨੇ ਹੱਲਾਸ਼ਾਰੀ ਦਿੱਤੀ ਹੈ ਉਹ ਇਹ ਕੰਮ ਕਰ ਰਹੇ ਯੂਨੀਅਨ ਵਾਲੇ। ਕਿਸਾਨ ਅੱਜ ਆਪਣੇ ਖੇਤ 'ਚ ਬਿਜ਼ੀ ਹੈ ਜਾਂ ਮੰਡੀ 'ਚ ਬਿਜ਼ੀ ਹੈ, ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਬਿਲਕੁਲ ਨਹੀਂ ਹੈ। ਔਰ ਮੇਰੇ ਖਿਲਾਫ਼ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਬਿਲਕੁਲ ਨਹੀਂ ਹੈ। ਜਿੰਨੀ ਸੇਵਾ ਮੈਂ ਪਿੰਡਾਂ ਦੇ ਵਿੱਚ ਕੀਤੀ ਹੈ ਪਿਛਲੇ 25 ਸਾਲ ਸਾਰਿਆਂ ਨੂੰ, ਇਹ ਦੋ ਚਾਰ ਜਥੇਬੰਦੀਆਂ ਜੋ ਭਗਵੰਤ ਮਾਨ ਸਾਹਿਬ ਹੱਲਾਸ਼ਾਰੀ ਦੇ ਰਹੇ ਹੈ ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ, ਔਰ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਹੇ ਕਿ ਕਿਸਾਨਾਂ ਦੀ ਬਦਨਾਮੀ ਹੋ ਰਹੀ ਹੈ। ਕਿਸਾਨ ਬਿਲਕੁਲ ਇਸ ਅੰਦੋਲਨ ਦੇ ਵਿੱਚ ਨਹੀਂ ਹੈ, ਇੱਥੇ ਵੀ ਕਿਸਾਨ ਬੈਠੇ, ਮੇਰੇ ਕਮਰੇ 'ਚ ਕਿਸਾਨ ਬੈਠੇ, ਕੱਲ੍ਹ ਮੈਂ ਮੀਟਿੰਗ ਕਰਕੇ ਆਇਆ ਪਟਿਆਲਾ ਉੱਥੇ ਵੀ ਕਿਸਾਨ ਬੈਠੇ ਸੀ। ਅਤੇ ਇਹ ਗੱਲ ਗਲਤ ਹੈ ਕਿ ਆਪਾਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਦੋਸ਼ੀ ਠਹਿਰਾਈਏ। ਕਿਸਾਨ ਨਹੀਂ ਹੈ, ਦੋ ਚਾਰ ਜਥੇਬੰਦੀਆਂ ਹਨ, ਠੀਕ ਹੈ ਇਹਨਾਂ ਨੂੰ ਕਰਨ ਦਿਓ, ਇਹਨਾਂ ਦਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ, ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ, ਪਬਲਿਕ ਡਿਸਾਈਡ ਕਰੇਗੀ ਨਾ ਅਖੀਰ ਦੇ ਵਿੱਚ। ਠੀਕ ਪ੍ਰਧਾਨ ਜੀ, ਕਿਸਾਨਾਂ ਵੱਲੋਂ ਲਗਾਤਾਰ ਬੀਜੇਪੀ ਦੇ ਨੇਤਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ, ਸੰਗਰੂਰ ਤੋਂ ਵੀ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ, ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ, ਕਿਸਾਨ ਸਾਡੇ ਨਾਲ ਦਫ਼ਤਰ ਰਹਿੰਦੇ ਨੇ, ਪਰ ਲੇਕਿਨ ਭਗਵੰਤ ਮਾਨ ਦੇ ਇਸ਼ਾਰੇ 'ਤੇ ਕੁਝ ਕੁ ਜਥੇਬੰਦੀਆਂ ਨੇ ਜਿਹੜੀਆਂ ਉਹ ਵਿਰੋਧ ਕਰ ਰਹੀਆਂ ਨੇ, ਜਾਂ ਕਹਿ ਸਕਦੇ ਉਹਨਾਂ ਨੇ ਸਿੱਧੇ ਤੌਰ 'ਤੇ ਇਹ ਵੀ ਕਿਹਾ ਕਿ ਪੇਡ ਪੈਸੇ ਲੈ ਕੇ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ। ਦੇਖੋ ਇਹ ਬੀਜੇਪੀ ਦੀ ਜਿਹੜੀ ਹਕੂਮਤ ਆ ਇਹਨੇ ਜਿੱਡੀ ਵੱਡੀ ਪੱਧਰ 'ਤੇ ਤਸੱਦਦ ਕੀਤਾ ਹੈਗਾ, ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਜਿਹਦੇ 'ਚ ਪੰਜਾਬ ਦੀਆਂ ਕੁੱਲ ਜਥੇਬੰਦੀਆਂ, ਕੁੱਲ ਹਿੰਦੁਸਤਾਨ ਦੀਆਂ ਜਥੇਬੰਦੀਆਂ ਜਿਹੜੀਆਂ ਮੈਦਾਨ 'ਚ ਨੇ, ਇਸ ਕਰਕੇ ਅਸੀਂ ਜਿਹੜਾ ਅਰਵਿੰਦ ਖੰਨਾ ਨੇ ਬਿਆਨ ਦਿੱਤਾ ਜਿਹੜਾ ਹੈਗਾ ਇਹ ਅਸੀਂ ਕਹਿੰਦੇ ਤੂੰ ਬਿੱਲ 'ਚੋਂ ਬਾਹਰ ਤਾਂ ਨਿਕਲ, ਲੋ ਖੱਡ 'ਚੋਂ ਬਾਹਰ ਆ ਕੇ ਲੋਕਾਂ ਦੇ ਕਿਸੇ ਪਿੰਡ 'ਚ ਆ ਕੇ ਤਾਂ ਦੇਖ। ਇਸ ਕਰਕੇ ਲੋਕ ਨੇ ਜਿਹੜੇ ਲੋਕ ਉਹ ਇਹ ਮੰਤਰੀ ਨੇ ਜਿਹੜੇ ਇਹਨਾਂ ਦੇ ਉਹ ਕੋਈ ਵੀ ਹੋਵੇ ਬੀਜੇਪੀ ਦਾ, ਕਿਉਂਕਿ ਅਸੀਂ ਕਿਸੇ ਵਿਅਕਤੀ ਦਾ ਵਿਰੋਧ ਨਹੀਂ ਕਰਦੇ। ਜਿਹੜੀ ਬੀਜੇਪੀ ਦੀ ਪਾਰਟੀ ਆ ਜਿਹਨੇ ਜਾਣੀ ਸਾਡੇ ਕਿਸਾਨ ਗੋਲੀਆਂ ਮਾਰ ਕੇ ਮਾਰੇ ਨੇ, ਸਾਡੇ ਕਿਸਾਨ ਲਗਾਤਾਰ ਸ਼ਹੀਦ ਕੀਤੇ ਹੈਗੇ ਨੇ, ਇਸ ਕਰਕੇ ਕਿਸੇ ਵੀ ਪਿੰਡ ਦੇ ਵਿੱਚ ਵੱਡੀ ਪੱਧਰ 'ਤੇ ਵਿਰੋਧ ਕਰਾਂਗੇ। ਅਤੇ ਹੁਣ ਵੀ ਪਹਿਲਾਂ ਇਹ ਵਿਰੋਧ ਹੋ ਰਿਹਾ, ਅੱਜ ਇਹਦੀ ਰੋਡ ਸ਼ੋਅ ਸੀਗਾ, ਬਾਅਦ 'ਚ ਪਤਾ ਲੱਗਿਆ ਸਾਡੀ ਸੂਬੇ ਦੀ ਮੀਟਿੰਗ ਚੱਲਦੀ ਤੀ ਉੱਧਰੋਂ। ਇਸ ਕਰਕੇ ਖੰਨਾ ਸਾਹਿਬ ਕਿਸੇ ਪਿੰਡ 'ਚ ਤਾਂ ਆਓ, ਪਿੰਡ 'ਚ ਆ ਕੇ ਲੋਕ ਪੁੱਛਣਗੇ, ਆਮ ਲੋਕ ਨੇ ਜਿਹੜੇ ਜਿਨ੍ਹਾਂ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਬੀਜੇਪੀ ਦੀ ਹਕੂਮਤ ਨੇ ਕਿਵੇਂ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਹੈਗਾ, ਕਿਵੇਂ ਉਹ ਜਾਤ ਦੇ ਨਾਂ 'ਤੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਪਾੜ ਕੇ ਇੱਥੇ ਜਿਹੜਾ ਇਸ ਤਰੀਕੇ ਨਾਲ ਲੋਕ ਨੇ ਜਿਹੜੇ ਨਹੀਂ ਚੱਲਣ ਦੇਣਗੇ, ਇਹ ਵਿਰੋਧ ਆ ਜਿਹੜਾ ਆਉਣ ਵਾਲੇ ਦਿਨਾਂ 'ਚ ਵੀ ਚੱਲਦਾ ਰਹੂਗਾ। ਪਰ ਭਗਵੰਤ ਮਾਨ ਦੇ ਸਾਰੇ 'ਤੇ ਹੋ ਰਿਹਾ, ਉਹ ਕਹਿ ਰਹੇ ਨੇ ਕਿ ਲਗਾਤਾਰ ਸਰਕਾਰ ਕਰਵਾ ਰਹੀ ਆ, ਭਗਵੰਤ ਮਾਨ ਪੈਸੇ ਦਿੰਦੇ ਨੇ। ਅਸੀਂ ਤਾਂ ਖੁੱਡੀਆਂ ਸਾਹਿਬ ਦੇ ਦਫ਼ਤਰ ਦੇ ਅੱਗੇ ਜਿਹੜਾ ਇਹਨਾਂ ਦਾ ਮੀਤਹੇਰ ਆ ਉਹਦੇ ਦਫ਼ਤਰ ਦੇ ਅੱਗੇ ਆ ਪਿਛਲੇ ਦਿਨਾਂ 'ਚ ਪ੍ਰੋਗਰਾਮ ਦੇ ਕੇ ਆਏ ਹਾਂ, ਆਉਣ ਵਾਲੇ ਦਿਨਾਂ 'ਚ 20 ਤਰੀਕ ਦਾ ਫਿਰ ਰੱਖਿਆ ਹੋਇਆ ਹੈਗਾ।
ਇਸ ਕਰਕੇ ਕਿ ਭਾਰਤੀ ਕਿਸਾਨ ਜਨੋਗ੍ਰਾਹਾਂ ਦਾ ਇਤਿਹਾਸ ਆ ਇਹ, ਕਿਸੇ ਵੀ ਵੋਟ ਪਾਰਟੀ ਨੂੰ ਕਦੇ ਨਾ ਸਪੋਰਟ ਕੀਤੀਆਂ ਨਾ ਕਰੀਏ। ਅਸੀਂ ਤਾਂ ਕਹਿੰਦੇ ਹਾਂ ਲੋਕੋ ਆਪਣਾ ਏਕਾ ਮਜ਼ਬੂਤ ਕਰੋ, ਆਪਦਾ ਸੰਘਰਸ਼ ਮਜ਼ਬੂਤ ਕਰੋ। ਇਸ ਕਰਕੇ ਜਿਹੜੇ ਬੇਤੁਕੇ ਬਿਆਨ ਨੇ ਇਹ, ਇਸ ਕਰਕੇ ਅਸੀਂ ਕਹਿੰਦੇ ਹਾਂ ਆਓ ਪਿੰਡਾਂ 'ਚ, ਜਿਹੜੇ ਕਹਿੰਦੇ ਆਮ ਲੋਕ ਆਮ ਕਿਸਾਨ ਤਾਂ ਸਾਡੇ ਨਾਲ ਨੇ, ਆਓ ਕਿਹੜੇ ਪਿੰਡ 'ਚ ਰੱਖਦੇ ਹੋ ਟਾਈਮ। ਇਸ ਕਰਕੇ ਲੋਕ ਲਗਾਤਾਰ ਇਹਦੇ ਵਿਰੋਧ 'ਚ ਨੇ, ਬੇਬੁਨਿਆਦ ਬਿਆਨ ਹੈਗੇ ਨੇ, ਇਹਦੇ 'ਤੇ ਅਸੀਂ ਇਹਦੀ ਨਿਖੇਧੀ ਕਰਦੇ ਹਾਂ।